किसानों का होया बुरा हाल, डुब चुके ने घर के घर। ਅਸੀਂ ਮਤਲਬ ਸੜਕ 'ਤੇ ਬੈਠੇ ਆਣ ਕੇ ਜਾਣੀ ਬੰਨ ਦਿੱਤੇ ਚੜ੍ਹ ਕੇ, ਜਾਣੀ ਘਰ ਛੱਡ ਕੇ ਅਤੇ ਪਾਸੇ ਆਣ ਕੇ ਬੈਠੇ ਹਾਂ। ਨੁਕਸਾਨੇ ਗਈਆਂ ਫਸਲਾਂ ਦਾ ਦੇਖਾਂਗੇ ਹਾਲ ਅਤੇ ਕਿਸਾਨਾਂ ਨਾਲ ਕਰਾਂਗੇ ਖਾਸ ਗੱਲਬਾਤ। ਜਾਣੀ ਕਿ ਸਾਰੀਆਂ ਮਤਲਬ ਨਾਸ ਵੱਜ ਗਿਆ, ਤਬਾਹ ਹੋ ਗਿਆ ਸਾਰਾ ਕੁਛ, ਪੱਠਾ ਡੱਕਾ ਜੋ ਵੀ ਨਹੀਂ ਰਿਹਾ, ਜੋ ਫਸਲ ਸਾਰੀ ਖਰਾਬ ਹੋ ਗਈ ਹੈ। ਇਹ ਹਾਲਾਤ ਨੇ ਕਿਸਾਨਾਂ ਦੇ ਪਿੰਡ ਮਾਸ਼ੀਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ। ਅਤੇ ਫਿਰ ਪਰਿਵਾਰ ਦਾ ਤੁਹਾਨੂੰ ਕਿੱਦਾਂ ਗੁਜ਼ਾਰਾ ਚੱਲ ਰਿਹਾ? ਬਸ ਇਸ ਤਰ੍ਹਾਂ ਮਤਲਬ ਸੇਵਾ ਜੀ ਆਉਂਦਾ, ਜਿਹੜਾ ਮੇਰਾ ਰਾਸ਼ਨ ਆ ਗਿਆ ਕੋਈ, ਮਤਲਬ ਉਹ ਵੀ ਪੁੰਨਦਾਨ ਕਰ ਰਿਹਾ ਲੋਕੀ ਪਿੰਡਾਂ ਤੋਂ ਆਣ ਕੇ। ਬਹੁਤ ਔਖਾ ਜੀ, ਜੇ ਘਰ 'ਚ ਕੋਈ ਆਟਾ ਉੱਟਾ ਹੈਗਾ ਆਪਦਾ ਜਿੰਨਾ ਕੁ ਹੈਗਾ ਉਹਨਾਂ ਵਰਤੀ ਜਾਂਦੇ ਆ, ਜੇ ਕੋਈ ਬਾਬੇ ਫੇਵਾ ਕਰਦੇ ਆ ਤਾਂ ਲੰਗਰ ਲੁੰਗਰ ਲੈ ਲਈ। ਸਰਕਾਰ ਦਾ ਨੁਮਾਇਦਾ ਕੋਈ ਨਹੀਂ, ਜਿੱਦਣ ਪਾਣੀ ਚੜ੍ਹਦਾ ਸੀ ਉੱਧਰ ਗੇੜਾ ਮਾਰ ਕੇ ਨੇ MLA ਆਇਆ ਸੀ, ਉਦੋਂ ਬਾਅਦ ਕੋਈ ਨਹੀਂ। ਜਿਹੜੇ ਉਹਨਾਂ ਨੇ ਪ੍ਰਬੰਧਕ ਅੱਗੇ ਲਾਏ ਨੇ ਉਹ ਉਹਨਾਂ ਨੂੰ, ਜੇ ਅਸੀਂ ਉਹਨਾਂ ਕੋਲ ਜਾਂਦੇ ਹਾਂ ਉਹਨਾਂ ਦੇ ਪਿੱਛੋਂ ਕੁਛ ਆਊਗਾ ਤਾਂ ਤੁਹਾਨੂੰ ਦਿਆਂਗੇ। ਜੇ ਅਸੀਂ MLA ਨੂੰ ਫੋਨ ਲਾਉਂਦੇ ਹਾਂ ਉਹ ਕਹਿੰਦੇ ਆ ਵੀ ਜਿਹੜੇ ਸਾਡੇ ਮੋਹਦਬਾਰ ਬੰਦੇ ਅੱਗੇ ਲੱਗੇ ਹੋਏ ਨੇ ਪਿੰਡ 'ਚੋਂ ਉਹਨਾਂ ਨੂੰ ਮਿਲੋ, ਉਹ ਸਾਡੀ ਸੁਣਦੇ। ਜੇ ਅਸੀਂ 60,000 ਨੂੰ ਕਿੱਲਾ ਲੈਂਦੇ ਹਾਂ ਤਾਂ ਸਾਡਾ ਘੱਟ ਤੋਂ ਘੱਟ ਵੀ 25,000 ਰੁਪਇਆ ਕਿੱਲੇ 'ਤੇ ਖਰਚਾ ਆਉਂਦਾ ਟੋਟਲ, ਅਤੇ ਬਾਕੀ ਜਿਹੜਾ ਵੇਖ ਲਓ ਵੀ ਵਿਆਜ ਪੈਣੀ ਵੱਖਰੀ। ਜੇ ਸਾਨੂੰ ਸਰਕਾਰ ਕੋਈ ਮਦਦ ਦਊ, ਸਾਡੀਆਂ ਕਣਕਾਂ ਬੀਜੀਆਂ ਜਾਣੀਆਂ, ਜੇ ਮਦਦ ਨਹੀਂ ਦਿੰਦੀ ਫਿਰ ਕਣਕਾਂ ਦਾ ਬਹੁਤ ਔਖਾ ਹੋ ਜਾਣਾ। ਅੱਜ ਪਹੁੰਚੇ ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ। ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਹਾਂ ਅਤੇ ਜੇਕਰ ਪਾਣੀ ਦੀ ਗੱਲ ਕਰ ਲਈਏ ਤਾਂ ਇਸ ਪਾਣੀ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੋਇਆ, ਤਾਂ ਇਸ ਪਿੰਡ ਦੇ ਕੁਝ ਕਿਸਾਨ ਵੀ ਮੌਜੂਦ ਨੇ, ਤਾਂ ਮਾਸੀਕੇ ਪਿੰਡ ਦੇ ਵਿੱਚ ਖੜ੍ਹੇ ਹਾਂ ਇਸ ਵਕਤ, ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਸੁਖਵਿੰਦਰ ਸਿੰਘ। ਅਤੇ ਗੱਲ ਕੀਤੀ ਜਾਵੇ ਪਿੰਡ ਦੇ ਹਾਲਾਤਾਂ ਦੀ, ਤਾਂ ਸਭ ਤੋਂ ਵੱਡਾ ਜੋ ਮੁਸ਼ਕਲਾਂ ਆਉਂਦੀਆਂ ਪਿੰਡ ਦੇ ਵਿੱਚ ਅਤੇ ਪਾਣੀ ਦੇ ਨਾਲ, ਜਿਹੜਾ ਇਸ ਵਕਤ ਤੁਹਾਡੇ ਘਰ ਡੁੱਬ ਚੁੱਕੇ ਆ ਅਤੇ ਹੁਣ ਫਿਰ ਕਿਵੇਂ ਫਿਰ ਮਤਲਬ ਕਿ ਮੁਸ਼ਕਲਾਂ ਸਾਹਮਣਾ ਕਰ ਰਹੇ? ਅਸੀਂ ਮਤਲਬ ਸੜਕ 'ਤੇ ਬੈਠੇ ਆਣ ਕੇ ਜਾਣੀ ਬੰਨ ਦਿੱਤੇ ਚੜ੍ਹ ਕੇ, ਜਾਣੀ ਘਰ ਛੱਡ ਕੇ ਅਤੇ ਪਾਸੇ ਆਣ ਕੇ ਬੈਠੇ ਹਾਂ। ਅਤੇ ਫਸਲਾਂ ਫਿਰ ਨਾਲ ਜਾਣੀ ਕਿ ਸਾਰੀਆਂ ਮਤਲਬ ਨਾਸ ਵੱਜ ਗਿਆ, ਤਬਾਹ ਹੋ ਗਿਆ ਸਾਰਾ ਕੁਛ, ਪੱਠਾ ਡੱਕਾ ਜੋ ਵੀ ਨਹੀਂ ਰਿਹਾ, ਜੋ ਫਸਲ ਸਾਰੀ ਖਰਾਬ ਹੋ ਗਈ ਹੈ। ਅਤੇ ਪਸ਼ੂਆਂ ਦੇ ਖਾਣ ਵਾਸਤੇ ਫਿਰ ਕਿਵੇਂ? ਪਸ਼ੂਆਂ ਦੇ ਫਿਰ ਲੋਕ ਸੇਵਾ ਕਰਨੇ, ਜਿੱਦਾਂ ਉਸ ਮਲੋਟ ਏਰੀਆ ਦਾ ਕੋਈ ਆਣ ਕੇ ਤੂੜੀ ਦੇ ਜਾਂਦਾ, ਕੋਈ ਪੱਠਾ ਦੇ ਜਾਂਦਾ ਆਣ ਕੇ, ਇੱਦਾਂ ਫਿਰ ਸਾਰੇ ਦਿਨ ਨੇੜੇ ਮਾੜੇ ਚੰਗੇ ਨਿਕਲਦੇ ਜਾਂਦੇ ਆ, ਕਿਉਂਕਿ ਫਸਲਾਂ ਦੇ ਉੱਤੇ ਉਮੀਦ ਹੁੰਦੀ ਆ ਤਾਂ ਕੋਈ ਕੰਮ ਕਰਨੇ ਹੁੰਦੇ ਤਾਂ ਸਾਰੇ ਫਿਰ ਨੁਕਸਾਨ ਹੋ ਗਿਆ। ਹਾਂਜੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਤਾਂ ਇਹ ਕਿੰਨੇ ਕੁ ਪਿੰਡ ਤੁਹਾਡੇ ਇੱਧਰ ਜਿਹੜੇ ਨੁਕਸਾਨੇ ਗਏ ਨੇ? ਪਿੰਡ ਕਾਫੀ ਹੈ, ਮਤਲਬ ਇੱਧਰ ਮਤਲਬ 25-30 ਪਿੰਡ ਇੱਧਰ ਲਾਗ ਲਾਗ ਪੈ ਜਾਂਦੇ ਆ, ਬਾਕੀ ਏਰੀਆ ਬਹੁਤ ਆਇਆ ਮਤਲਬ ਹੈ ਦੂਰ ਦੂਰ ਤੱਕ। ਅੱਛਾ ਜੀ। ਹਾਂਜੀ। ਅਤੇ ਸਰਕਾਰ ਦੀ ਕੋਈ ਮਦਦ ਪਹੁੰਚੀ? ਕੋਈ ਸਰਕਾਰ ਕੋਈ ਨਹੀਂ, ਮਤਲਬ ਜਾਂ ਇੱਧਰ ਪਹਿਲਾਂ ਤੋਂ ਉਹਨਾਂ ਨੇ ਦਿੱਤੀਆਂ, ਹੋਰ ਕੁਛ ਨਹੀਂ ਉਹਨਾਂ ਦਿੱਤਾ, ਨਾ ਕੁਛ ਨਹੀਂ ਦਿੱਤਾ। ਪਸ਼ੂਆਂ ਦੇ ਚਾਰੇ ਵਾਸਤੇ ਕੋਈ ਖਾਣ ਪੀਣ ਵਾਸਤੇ? ਉਹ ਸੇਵਾ ਜੀ ਆਉਣ ਡਿਆ ਮਲੋਤਰਾ, ਜਾਣੀ ਪੁੰਨਦਾਨ ਵਾਸਤੇ ਆ ਰਿਹਾ, ਉਦਾਂ ਕੋਈ ਨਹੀਂ ਆ ਰਿਹਾ। ਬਾਕੀ ਹਲਕਾ ਵਧਾਇਆ ਕੋਈ ਪਹੁੰਚੀ ਨਹੀਂ ਕੋਈ? ਨਾ ਨਾ, ਕੋਈ ਨਹੀਂ ਕਿਸੇ ਨੇ ਕੁਛ ਦਿੱਤਾ ਜੀ। ਅਤੇ ਫਿਰ ਪਰਿਵਾਰ ਦਾ ਤੁਹਾਨੂੰ ਕਿੱਦਾਂ ਗੁਜ਼ਾਰਾ ਚੱਲ ਰਿਹਾ? ਜਾਣੀ ਕਿ ਬਸ ਇਸ ਤਰ੍ਹਾਂ ਮਤਲਬ ਸੇਵਾ ਜੀ ਆਉਂਦਾ, ਜਿਹੜਾ ਮੇਰਾ ਰਾਸ਼ਨ ਆ ਗਿਆ ਕੋਈ, ਮਤਲਬ ਉਹ ਵੀ ਪੁੰਨਦਾਨ ਕਰ ਰਹੇ ਲੋਕ ਪਿੰਡਾਂ ਤੋਂ ਆਣ ਕੇ, ਪਿੰਡਾਂ ਤੋਂ ਆ ਕੇ, ਜਾਣੀ ਜਿੱਦਾਂ ਇਕੱਠਾ ਕਰਕੇ ਆਪਾਂ ਮਤਲਬ ਗ੍ਰਾਹੀ ਕਰਕੇ ਅਤੇ ਉਹ ਟਰਾਲੀਆਂ ਦੇ ਆਉਂਦਾ ਅਤੇ ਉਹ ਵੰਡ ਦਿੰਦੇ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਫਿਰ ਇੱਥਾਂ। ਅਤੇ ਜਿੱਧਰ ਪਾਣੀ ਆਇਆ ਸੀਗਾ ਇਹ ਕਿੰਨਾ ਕਿੰਨਾ ਪਾਣੀ ਸੀਗਾ ਉੱਧਰ? ਪਾਣੀ ਇੱਥੇ ਮਤਲਬ ਦੋ ਦੋ ਬੰਦੇ ਪਾਣੀ ਹੋ ਗਿਆ ਇਹ 'ਚ। ਅੱਛਾ, ਅਤੇ ਕਿਵੇਂ ਫਿਰ ਘਰ ਦਾ ਬਚਾਅ ਕਿਵੇਂ ਕੀਤਾ ਤੁਸੀਂ? ਘਰ ਦਾ ਫਿਰ ਸਮਾਨ ਪਾਣੀ ਦੇ ਵਿੱਚ ਫਿਰ ਕੱਢਿਆ, ਮਤਲਬ ਜੋ ਪਾਣੀ ਥੋੜ੍ਹਾ ਥੋੜ੍ਹਾ ਹੈ, ਪਾਣੀ ਜ਼ਿਆਦਾ ਹੁੰਦਾ ਜਾਂਦਾ। ਹਾਂਜੀ। ਫਿਰ ਟਰਾਲੀਆਂ ਦੇ ਸਮਾਨ ਜਾਣੀ ਬਾਹਰ ਕੱਢ ਕੇ ਅਤੇ ਫਿਰ ਸੁੱਕੇ ਸੁੱਕੇ ਥਾਂ ਆਣ ਕੇ ਬਹਿ ਗਏ ਫਿਰ। ਪਾਣੀ ਰਾਤ ਆਇਆ ਸੀ ਜਾਂ ਦਿਨੇ ਆਇਆ ਸੀ? ਨਹੀਂ, ਦਿਨੇ ਆਇਆ, 9 ਵਜੇ ਤੋਂ ਜਾਣੀ ਕਿ 5-6 ਵਜੇ ਬੰਨੇ ਫੁੱਲ ਹੋ ਗਿਆ ਇੱਥੇ, ਮਤਲਬ ਦੋ ਦੋ ਬੰਦੇ ਪਾਣੀ ਹੋ ਗਿਆ, ਕਿਉਂਕਿ ਅੱਖਾਂ ਸਾਹਮਣੇ ਫਸਲ ਡੁੱਬਦੀ ਵੇਖਣਾ ਬੜਾ ਮੁਸ਼ਕਲ ਹੋ ਜਾਂਦਾ। ਬਹੁਤ ਜ਼ਿਆਦਾ ਮਨ ਨੂੰ ਠੇਸ ਪਹੁੰਚੀ ਬਹੁਤ, ਕਿਉਂਕਿ ਸਰਕਾਰ ਨੇ ਜਿੱਦਾਂ ਕਿਹਾ ਸੀ ਕਿ ਬਣਾਇਆ ਮੁਆਵਜ਼ਾ ਵੀ ਦੇਵਾਂਗੇ, ਇਸ ਤਰ੍ਹਾਂ ਕੋਈ ਮੁਆਵਜ਼ੇ ਵਾਸਤੇ ਕੋਈ ਸਰਕਾਰੀ? ਸਰਕਾਰਾਂ ਇਤਨਾ ਆਉਂਦੀਆਂ ਆਈਆਂ, ਪਰ ਅਜੇ ਜਿੰਨਾ ਜੇ ਕੋਈ ਮਿਲਦਾ ਨਹੀਂ ਉਹਨਾਂ ਜੇ ਕੀ ਕਹਿ ਸਕਦੇ ਹਾਂ? ਕੋਈ ਗੱਲਬਾਤ ਨਹੀਂ ਹੋਈ ਜਾਂ ਕੋਈ ਗੱਲਬਾਤ ਨਹੀਂ? ਅਤੇ ਮੰਗ ਕੀ ਕਰਦੇ ਜੀ? ਮੰਗ ਇਹੋ ਕਰਦੇ ਹਾਂ ਵੀ ਮਤਲਬ ਕੋਈ ਜਿਹਨਾਂ ਨੂੰ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਮਰਜ਼ੀ ਵੀ ਕੋਈ ਖਾਦ ਜਾਂ ਦਵਾਈਆਂ ਦਿੱਤੀਆਂ ਜਾਂ ਜਿਹੜਾ ਕੋਈ ਪਹਿਲਾਂ, ਠੀਕ ਹੈ, ਉਹ ਜਿਹੜਾ ਹੋਰ ਨੁਕਸਾਨ ਕੋਠਿਆਂ ਦਾ ਹੋਇਆ, ਜਿੱਦਾਂ ਮਕਾਨ ਕਿਤੇ ਜਾਣੀ ਕਿ ਪਾੜ ਗਏ ਆ, ਕੰਧਾਂ ਜਿਹੜੀਆਂ ਉਹ ਨੀਆਂ ਬਹਿ ਗਈਆਂ ਥੱਲੇ, ਉਹ ਮਕਾਨਾਂ ਬਾਰੇ ਦਿੱਤਾ ਜਾਵੇ ਕੁਛ ਨਾ ਕੁਛ। ਤੇ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਹੈ, ਦਵਾਈਆਂ ਵਗੈਰਾ ਕੋਈ ਜਿੱਦਾਂ ਸਰਕਾਰ ਵੱਲੋਂ? ਹਾਂ, ਆਉਂਦੀ ਦਵਾਈ ਆਉਂਦੀ ਹੈਗੀ, ਉਹ ਜਿੱਥੋਂ ਹੁਣ ਅੱਜ ਗੱਡੀ ਆਈ ਸੀਗੀ, ਕਿਉਂਕਿ ਜਿੱਦਾਂ ਪਾਣੀ ਜ਼ਿਆਦਾ ਹੋਣ ਦੇ ਕਾਰਨ ਬਹੁਤ ਸਾਰੇ ਜਿੱਦਾਂ ਮੱਛਰ ਵਗੈਰਾ ਇਸ ਤਰ੍ਹਾਂ ਡੇਂਗੂ ਵਗੈਰਾ ਬਿਮਾਰੀਆਂ ਵੀ ਫੈਲ ਸਕਦੀਆਂ। ਹਾਂਜੀ ਹਾਂਜੀ, ਉਹ ਬਾਰੇ ਕੋਈ ਮੱਛਰ ਇੱਕ ਦਿਨ ਆਈ ਸੀ, ਮਤਲਬ ਜਾਣੀ ਸੇਵਾ 'ਤੇ ਆਈ, ਜਾਣੀ ਕਿ ਸੇਵਾ 'ਤੇ ਆਉਂਦਾ ਜਾਂ ਮੱਛਰਦਾਨੀਆਂ ਵਗੈਰਾ ਦੇ ਗਿਆ, ਜਿੱਦਾਂ ਮਤਲਬ ਵੀ ਦਵਾਈ ਦਵਾਈ ਲਾਉਣ ਵਾਸਤੇ, ਉਹ ਹੈ ਬਸ। ਸੋਰੀ ਗੱਲ, ਹਾਂ ਹੋਰ ਨਹੀਂ ਕੁਛ ਵੀ ਬਾਕੀ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਗੁਰਮੇਜ ਸਿੰਘ ਜੀ। ਅਤੇ ਜਿਸ ਤਰ੍ਹਾਂ ਗੱਲਬਾਤ ਕਰ ਰਹੇ ਸੀਗੇ, ਹਾਲਾਤ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਅਤੇ ਇਸ ਤਰ੍ਹਾਂ ਹਾਲਾਤ ਬਦਤਰ ਨੇ, ਤਾਂ ਸਰਕਾਰ ਦੇ ਜਿੱਦਾਂ ਸਵਾਲ ਉੱਠ ਰਹੇ ਨੇ ਅਤੇ ਹਲਕਾ
ਮੋਹਦਬਾਰ ਬੰਦੇ ਅੱਗੇ ਲੱਗੇ ਹੋਏ ਨੇ ਪਿੰਡ ਚੋ ਉਹਨਾਂ ਨੂੰ ਮਿਲੋ ਉਹ ਸਾਡੀ ਸੁਣਦੇ ਨਹੀਂ ਜਿਸ ਤਰ੍ਹਾਂ ਕਹੋਗੇ ਨੁਕਸਾਨ ਹੋ ਚੁੱਕਾ ਫਸਲ ਦੇ ਉੱਪਰ ਉਮੀਦਾਂ ਹੁੰਦੀਆਂ ਨੇ ਕਿ ਆਪਾਂ ਫਸਲ ਦੇ ਵੱਲ ਵੇਖ ਕੇ ਗੁਜ਼ਾਰਾ ਕਰਦੇ ਹਾਂ ਅਤੇ ਸਾਡੇ ਵੀ ਆਈ ਚਲਾਈ ਚੱਲਦੀ ਹੈ ਕਿਸਾਨ ਦੀ ਤਾਂ ਫਿਰ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਿਰ ਕਈ ਵਾਰ ਠੇਕੇ ਦੀ ਜ਼ਮੀਨਾਂ ਚੁੱਕੀਆਂ ਹੁੰਦੀਆਂ ਨੇ ਮੈਂ ਆਪ ਖੁਦ 6 ਕਿੱਲੇ ਠੇਕੇ ਲਈ ਆ ਜੀ 60,000 ਨੂੰ ਠੇਕੇ 'ਤੇ ਲਈ ਹੈ 60,000 ਠੇਕਾ ਹਾਂਜੀ ਕਿੱਲੇ ਦਾ 6 ਕਿੱਲੇ ਬੜੀ ਲਈ ਹੈ ਫਿਰ ਤਾਂ ਬਰਬਾਦ ਹੋ ਗਏ ਨੇ ਹਾਂਜੀ ਬਰਬਾਦ ਤੀ ਆ ਜਿੰਨਾ ਚਿਰ ਅਜੇ ਕੋਈ ਕਿਸੇ ਬੰਨੇ ਇਹ ਲੈਂਦਾ ਨਹੀਂ ਗਾ ਪਾਣੀ ਕਦੀ ਜਿੰਨਾ ਕੁ ਚੜ੍ਹਦਾ ਉਨਾ ਕੁ ਲੈ ਜਾਂਦਾ ਰਾਤ ਨੂੰ ਦਿਨੇ ਚੜ੍ਹ ਜਾਂਦਾ ਰਾਤ ਨੂੰ ਲੈ ਜਾਂਦਾ ਮਿਹਨਤ ਕੋਈ ਨਹੀਂ ਹੈ ਜੀ ਇਹਦੀ ਕਿਸੇ ਬੰਨੇ ਲੱਗਣ ਦੀ ਕਿਉਂਕਿ ਮੁਆਵਜ਼ਾ ਜਿੱਦਾਂ ਸਰਕਾਰ ਨੂੰ ਚਾਹੀਦਾ ਕਿ ਤੁਹਾਨੂੰ ਜਿੱਦਾਂ ਮੁਆਵਜ਼ਾ ਉਸ ਮੁਨਾਫੇ ਕਿੰਨਾ ਕੁ ਹੋਣਾ ਚਾਹੀਦਾ ਹਾਂਜੀ ਸਾਨੂੰ ਤਾਂ ਮੁਆਵਜ਼ਾ ਜੇ ਮਤਲਬ ਖਰਚੇ ਠੇਕੇ ਦੇ 60,000 ਲਾਈਏ ਅਤੇ ਜੇ ਸਾਨੂੰ 30 ਵੀ ਦੇਵੇ ਤਾਂ ਸਾਡਾ ਖਰਚਾ ਹੀ ਪੂਰਾ ਹੁੰਦਾ ਖਰਚਾ ਪੂਰਾ ਹੁੰਦਾ ਅਤੇ ਠੇਕਾ ਤਾਂ ਸਾਨੂੰ ਪੱਲਿਓ ਪੈਂਦਾ ਕਿਉਂਕਿ ਪਹਿਲਾਂ ਜੇਕਰ ਆਪਾਂ ਝੋਨੇ ਦੀ ਲਵਾਈ ਲਾ ਲਈਏ ਜਾਂ ਸਪਰੇਆਂ ਖਾਦਾਂ ਜਿਹੜੀਆਂ ਪਈਆਂ ਉਹ ਹੀ ਲਾ ਲਈਏ ਜਾਂ ਆਪਾਂ ਜੋ ਜ਼ਮੀਨ ਦੇ ਕੱਦੂ ਕਰਦੇ ਹਾਂ ਡੀਜ਼ਲ ਖਰਚਾ ਬਹੁਤ ਖਰਚੇ ਪਹਿਲਾਂ ਕਿਰਾਏ 'ਤੇ ਕਿਰਾਇਆ ਜੀ ਸਾਰਾ ਕਿਰਾਏ 'ਤੇ ਕਿਰਾਏ 'ਤੇ ਫਰਕ ਕਿਰਾਏ ਤੋਂ ਬਹੁਤ ਸਾਨੂੰ ਮਹਿੰਗਾ ਪੈਂਦਾ ਹਾਂਜੀ ਬਹੁਤ ਮਹਿੰਗਾ ਪੈਂਦਾ ਸਾਨੂੰ ਜੇ ਅਸੀਂ 60,000 ਨੂੰ ਕਿੱਲਾ ਲੈਂਦੇ ਹਾਂ ਅਤੇ ਸਾਡਾ ਘੱਟ ਤੋਂ ਘੱਟ ਵੀ 25,000 ਰੁਪਇਆ ਕਿੱਲੇ 'ਤੇ ਖਰਚਾ ਆਉਂਦਾ ਟੋਟਲ ਹਾਂਜੀ ਅਤੇ ਬਾਕੀ ਜਿਹੜਾ ਵੇਖ ਲਓ ਵੀ ਵਿਆਜ ਪੈਣੀ ਵੱਖਰੀ ਜੀ ਜੇ ਸਾਨੂੰ ਸਰਕਾਰ ਕੋਈ ਮਦਦ ਦਊ ਸਾਡੀਆਂ ਕਣਕਾਂ ਬੀਜੀਆਂ ਜਾਣੀਆਂ ਜੇ ਮਦਦ ਨਹੀਂ ਦਿੰਦੀ ਫਿਰ ਕਣਕਾਂ ਦਾ ਬਹੁਤ ਔਖਾ ਹੋ ਜਾਣਾ ਵੀਰੇ ਪਾਣੀ ਆ ਗਿਆ ਘਰਾਂ 'ਚ ਪਾਣੀ ਵੜ ਗਿਆ ਅਤੇ ਇਸ ਕਰਕੇ ਇੱਥੇ ਆਣ ਕੇ ਬੈਠ ਕੇ ਕਿੰਨੇ ਦਿਨਾਂ ਤੋਂ ਪਾਣੀ ਜਿਹੜਾ ਇੱਥੇ ਆਇਆ ਜੀ 11 ਤਰੀਕ ਦਾ ਪਾਣੀ ਆਇਆ ਅਤੇ ਉਸ ਤੋਂ ਬਾਅਦ ਜਿਹੜਾ ਪਾਣੀ ਜਿਹੜਾ ਆਇਆ ਕਿੰਨਾ ਕੁ ਆਇਆ ਸੀਗਾ ਪਾਣੀ 5 ਫੁੱਟ ਆਇਆ ਸੀਗਾ ਨੁਕਸਾਨ ਹੁਣ ਤੁਹਾਨੂੰ ਪਤਾ ਹੀ ਆ ਫਸਲ ਵੀ ਜਿਹੜੀ ਮਾੜੀ ਮੋਟਾ ਹੈਗੀ ਸੀਗੀ ਉਹ ਵੀ ਮਰ ਗਈ ਡੰਗਰਾਂ ਦਾ ਚਾਰਾ ਚੂਰਾ ਵੀ ਮਰ ਗਿਆ ਸੇਵਾਦਾਰ ਆਉਂਦੇ ਆ ਸੇਵਾ ਕਰਕੇ ਜਾਂਦੇ ਆ ਜੋ ਸਹਾਇਤਾ ਸਾਨੂੰ ਦਿੰਦੇ ਆ ਅਤੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਆਤਰ ਪਹਿਲਾਂ ਜ਼ਰੂਰ ਦਿੱਤੀਆਂ ਸਾਨੂੰ ਕੋਈ ਵੋਟਾਂ ਤੋਂ ਪਹਿਲਾਂ ਵਿਧਾਇਕ ਆਉਂਦੇ ਸੀ ਉਸ ਤੋਂ ਬਾਅਦ ਆਏ ਕੋਈ ਇੱਕ ਮੰਤਰੀ ਨਾ ਕੋਈ ਨਹੀਂ ਆਇਆ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਗੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੜ੍ਹ ਪੀੜ੍ਹ ਤੋਂ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਅਸੀਂ ਜਿਹੜਾ ਵਾ ਰਾਸ਼ਨ ਦੇ ਰਹੇ ਹਾਂ ਚਾਹੇ ਦਵਾਈਆਂ ਦੀ ਸਹੂਲਤਾਂ ਦੇ ਰਹੇ ਹਾਂ ਸਰਕਾਰ ਤਾਂ ਨਹੀਂ ਅਤੇ ਸੇਵਾਦਾਰ ਆਉਂਦੇ ਆ ਸੇਵਾਦਾਰ ਸੇਵਾ ਕਰਕੇ ਜਾਂਦੇ ਆ ਡਾਕਟਰ ਪਿੰਡਾਂ ਦੇ ਇਕੱਠੇ ਹੋ ਕੇ ਉਹ ਦਵਾਈ ਲੈ ਕੇ ਆਉਂਦੇ ਆ ਬਾਕੀ ਆਪਣੇ ਖਾਲਸਾ ਸਕੂਲ ਦੇ ਵਿੱਚ ਉੱਥੇ ਫੱਤੇ ਵਾਲੇ ਉੱਥੇ ਡਾਕਟਰ ਬੈਠੇ ਹੋਏ ਆ ਜੇਕਰ ਵੱਡੇ ਨੇਰ 'ਚ ਖੜਾ ਜਾਂਦਾ ਕੋਈ ਤਾਂ ਫਿਰ ਤੁਹਾਡੇ ਤਾਂ ਪਹਿਲਾਂ ਵਗੈਰਾ ਉੱਡ ਸਕਦੀਆਂ ਨੁਕਸਾਨ ਬਹੁਤ ਹੋ ਸਕਦਾ ਅਤੇ ਹੁਣ ਫਿਰ ਕੀ ਕਰੀਏ ਜੂਨ ਗੁਜ਼ਾਰਾ ਤਾਂ ਕਰਨਾ ਹੀ ਆ ਵੀਰ ਜੀ ਅਤੇ ਸਰਕਾਰ ਕੋਲ ਮੰਗ ਕੀ ਕਰਦੇ ਜੀ ਸਰਕਾਰ ਕੋਲ ਮੰਗ ਬਸ ਇਹ ਕਰਦੇ ਹਾਂ ਵੀ ਸਾਡੀ ਸਹਾਇਤਾ ਹੋਣੀ ਚਾਹੀਦੀ ਆ ਗਰੀਬਾਂ ਘਰਾਂ ਦੀ ਤੁਹਾਨੂੰ ਪਤਾ ਹੀ ਆ ਹੁਣ ਮਜਬੂਰੀ ਤੌਰ 'ਤੇ ਰਾਸ਼ਨ ਤਾਂ ਸੇਵਾਦਾਰ ਦੇ ਜਾਂਦੇ ਆ ਅਤੇ ਬਾਕੀ ਜਿਹੜੇ ਮਿਹਨਤੀ ਆ ਉਹ ਮਿਹਨਤ ਕਰੀ ਜਾਂਦੇ ਮਾੜੀ ਮੋਟਾ ਆਪਦਾ ਜੂਨ ਗੁਜ਼ਾਰਾ ਕਰੀ ਜਾਂਦੇ ਆ ਜਿਨ੍ਹਾਂ ਦੇ ਸਿਰ 'ਤੇ ਸਹਾਰਾ ਨਹੀਂ ਹੈਗਾ ਅਤੇ ਉਹਨਾਂ ਨੂੰ ਸਹਾਇਤਾ ਦੀ ਲੋੜ ਆ ਅਤੇ ਬਾਕੀ ਸਾਰੇ ਗਰੀਬ ਲੋਕ ਬੈਠੇ ਇੱਥੇ ਅਤੇ ਵੋਟਾਂ ਤੋਂ ਪਹਿਲਾਂ ਸਰਕਾਰ ਇੱਥੇ ਨੁਮਾਇੰਦੇ ਤੁਹਾਡੇ ਕਹਿੰਦੇ ਸੀ ਵੋਟਾਂ ਲੈਣ ਵਾਸਤੇ ਵੋਟਾਂ ਲੈਣ ਲਈ ਆਉਂਦੇ ਸੀਗੇ ਹੱਥ ਬੰਨ ਬੰਨ ਕੇ ਆਉਂਦੇ ਸੀ ਵੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਦਾ ਹੌਂਸਲਾ ਦਿਓ ਅਤੇ ਜਦੋਂ ਹੌਂਸਲਾ ਮੰਗਣ ਲਈ ਆਉਂਦੇ ਤਾਂ ਹੁਣ ਵੀ ਸਾਡੇ ਵੱਲ ਵੇਖਣ ਸਾਨੂੰ ਵੀ ਹੌਂਸਲਾ ਦੇਣ ਆਉਣ ਨਾ ਸਾਨੂੰ ਵੀ ਹੌਂਸਲਾ ਚਾਹੀਦਾ ਅਸੀਂ ਡਿੱਗੇ ਪਏ ਹਾਂ ਘਰਾਂ ਦੀਆਂ ਨੀਹਾਂ ਵੀ ਬਹਿ ਗਈਆਂ ਮਾਲ ਡੰਗਰ ਵਾਲੇ ਬਰਾਂਡੇ ਸਾਡੇ ਉਹ ਵੀ ਤੈਅ ਹੋ ਗਏ ਆ ਤੂੜੀ ਖਰਾਬ ਹੋ ਗਈ ਆ ਹੁਣ ਸਾਡੇ ਵੱਲ ਵੀ ਵੇਖਣ ਨਾ ਵੋਟਾਂ ਲਈ ਤਾਂ ਭੱਜ ਭੱਜ ਆਉਂਦੇ ਆ ਅਤੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਵੀ ਗਰੀਬ ਲੋਕ ਬੰਨ ਤੇ ਬੈਠੇ ਸੱਪਾਂ ਦੇ ਵਿੱਚ ਅਤੇ ਅਸੀਂ ਉਹਨਾਂ ਦੀ ਪੁੱਛ ਦੱਸ ਜਾ ਕੇ ਕਰੀਏ ਕੋਈ ਸਾਡੀ ਪੁੱਛ ਦੱਸ ਨਹੀਂ ਹੋਈ ਇੱਕ ਆ ਤੱਪੜ ਜ਼ਰੂਰ ਦਿੱਤੇ ਸਾਨੂੰ ਇਹ ਹਾਲਾਤ ਨੇ ਕਿਸਾਨਾਂ ਦੇ ਪਿੰਡ ਮਾਸ਼ੀਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਤਾਂ ਜੋ ਕਿ ਆਪਾਂ ਤੁਹਾਨੂੰ ਕੱਲ੍ਹ ਤੋਂ ਲੈ ਕੇ ਲਗਾਤਾਰ ਲਾਈਵ ਕਵਰੇਜ ਦਿਖਾ ਰਹੇ ਹਾਂ ਅਤੇ ਪਿੰਡਾਂ ਦੇ ਹਾਲਾਤ ਸੰਸਥਾਵਾਂ ਪਹੁੰਚ ਰਹੀਆਂ ਨੇ ਜਾਂ ਖਾਲਸਾ ਏਡ ਪਹੁੰਚ ਰਹੀ ਹੈ ਤਾਂ ਪਰ ਸਰਕਾਰ ਦੇ ਨੁਮਾਇੰਦਿਆਂ ਦੇ ਉੱਪਰ ਸਵਾਲ ਉੱਠ ਰਹੇ ਨੇ ਤਾਂ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਜਿਹੜਾ ਬਦਲਾਅ ਦੇ ਨਾਂ ਦੇ ਉੱਪਰ ਵੋਟਾਂ ਲਈਆਂ ਸਨ ਉਹ ਕਿਤੇ ਨਾ ਕਿਤੇ ਵਿਧਾਇਕ ਇਲਾਕੇ ਦੇ ਵਿੱਚੋਂ ਗੈਰ ਹਾਜ਼ਰ ਨੇ ਤਾਂ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਉਹ ਮੌਜੂਦ ਹੈ ਤਾਂ ਪਰ ਜਿਹੜੇ ਹੁਣ ਪਿੰਡਾਂ ਦੇ ਰਸਤੇ ਟੁੱਟੇ ਹੋਏ ਨੇ ਜਾਂ ਆਪਾਂ ਬਿਡਾਲਾ ਸਾਈਡ ਦੀ ਗੱਲ ਕਰ ਲਈਏ ਤਾਂ ਜਿਹੜਾ ਮੇਨ ਰੋਡ ਹੈ ਪੱਟੀ ਤੋਂ ਲੈ ਕੇ ਜਿਹੜਾ ਫਿਰੋਜ਼ਪੁਰ ਨੂੰ ਜਾਂਦਾ ਉਹ ਰਸਤਾ ਸਾਰਾ ਹੀ ਬਲੌਕ ਹੋ ਚੁੱਕਾ ਤਾਂ ਤਕਰੀਬਨ 5 ਫੁੱਟ ਦੇ ਕਰੀਬ ਉਹਦੇ ਵਿੱਚ ਪਾੜ ਪੈ ਚੁੱਕਾ ਤਾਂ ਲੱਗਦਾ ਨਹੀਂ ਕਿ ਜਿਹੜਾ ਰੋਡ ਹੈ ਉਹ ਛੇਤੀ ਚੱਲ ਪਾਏਗਾ ਜਾਂ ਹੋਰ ਆਸ ਪਾਸ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜਿਹੜੇ ਪਿੰਡ ਨੁਕਸਾਨੇ ਗਏ ਨੇ ਦੇਖਣਾ ਹੋਏਗਾ ਕਿ ਚੁਣੇ ਹੋਏ ਸਰਕਾਰ ਦੇ ਨੁਮਾਇੰਦੇ ਕਦ ਤੱਕ ਕਿਸਾਨਾਂ ਦੇ ਆ ਕੇ ਸਾਰ ਲੈਂਦੇ ਨੇ